ਜਦੋਂ ਹੀ ਕੰਮ ਕਰਦੇ ਹੈਗੇ ਸਾਡਾ ਜਦੋਂ ਕੰਮ ਬੋਲਦਾ ਹੈਗਾ ਤੁਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਪੰਜਾਬ ਚ ਬਹੁਤ ਕੁਝ ਵਧੀਆ ਹੋ ਰਿਹਾ ਜੀ ਸਾਡੀ ਸਟੇਟ ਆ ਜਿਹੜੀ ਦਿਵਾਲੀਆ ਹੋ ਜਾਏਗੀ ਤਾਂ ਫਿਰ ਲੋਕ ਕਿ ਆਪੇ ਫੈਸਲਾ ਕਰ ਲੈਣਗੇ ਜਿਹੜੀ ਪੰਜਾਬ ਦੀ ਤਕਦੀਰ ਬਦਲਣ ਵਾਲੀ ਆ ਮੈਂ ਬਹੁਤ ਸਾਰੇ ਉਦਯੋਗਪਤੀਆਂ ਨਾਲ ਗੱਲ ਕਰ ਲਈ ਹੈਗੀ ਆ ਸਾਡੇ ਤਾਂ ਜਿਹੜਾ ਸਾਈਕਲ ਇੰਡਸਟਰੀ ਵਾਲੇ ਆ ਉਹ ਚੱਕ ਕੇ ਲੈ ਗਿਆ ਜੋਗੀ ਜੁਪੀ ਵਾਲਾ ਇਹ ਵਿਚਾਰਾ ਬਾਹਰ ਤੁਰਿਆ ਫਿਰਦਾ ਸਾਡੇ ਵਾਲਾ ਮੁੱਖ ਮੰਤਰੀ ਵਾਲੇ ਅੱਗਾ ਦੌੜ ਪਿੱਛਾ ਚੌਣ ਵਾਲੀ ਗੱਲ ਹੋ ਰਹੀ ਆ ਇਹ ਜ ਵੀ ਫਰ ਵੀ ਨੂੰ ਪੰਜਾਬ ਚ ਬਹੁਤ ਵੱਡਾ ਬਿਜ਼ਨਸ ਸੰमेलन ਹੋ ਰਿਹਾ ਦੁਨੀਆ ਭਰ ਦੇ ਜਿਹੜੇ ਇਥੇ ਅਜੋਗਪਤੀ ਪੰਜਾਬ ਚ ਆਉਣਗੇ ਅੱਗੇ ਵੀ ਵਿਦੇਸ਼ ਜਾ ਕੇ ਕਹਿ ਕੇ ਆਇਆ ਸੀ ਉਹਦੇ ਚੋਂ ਕੀ ਨਿਕਲਿਆ ਕੋਈ ਆਇਆ ਪੈਸਾ ਮਨ ਲਓ ਕੰਪਨੀ ਨੇ ਕਹਿਤਾ ਵੀ ਸਾਡਾ ਤਾਂ ਕੋਈ ਐਮਓ ਜੂ ਹੋਇਆ ਹੀ ਨਹੀਂ ਮਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਤੁਹਾਡੀ ਪਾਰਟੀ ਕੀ ਕਹਿੰਦੀ ਹੈਗੀ ਜੀ ਇਸ ਮੁਤਲਕ ਸਹਿਮਤਾ ਸਰਕਾਰ ਦੇ ਨਾਲ ਜੀ ਤਾਂ ਪਹਿਲਾ ਪਹਿਲੂ ਇਹ ਆ ਕਿ ਉਹ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਕੇ ਆਪਣਾ ਪੋਲਿਟਿਕਲ ਪ੍ਰਚਾਰ ਕਰਨਾ ਡਿਸਪੈਂਸਰੀਆਂ ਨੇ ਹਸਪੀਟਲ ਨੇ ਉਹਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਸੀ ਤੁਸੀਂ ਹਸਪਤਾਲਾਂ ਨੂੰ ਮhalla ਕਲੀਨਿਕ ਤੇ ਤਬਦੀਲ ਕਰ ਰਹੇ ਹੋ ਵੀ ਜਿਹੜੇ ਦੇਸ਼ ਭਗਤਾਂ ਦੇ ਨਾਂ ਤੇ ਹਸਪੀਟਲ ਬਣੇ ਨੇ ਉਹਨਾਂ ਦੇਸ਼ ਭਗਤਾਂ ਦੇ ਨਾਂ ਤੁਸੀਂ ਚੇਂਜ ਕਰ ਰਹੇ ਹੋ ਤੇ ਫੋਟੋ ਆ ਜਿਹੜੀ ਉਹ ਭਗਵੰਤ ਮਾਨ ਦੀ ਲੱਗ ਰਹੀ ਹੈ ਉੱਥੇ ਭਗਵੰਤ ਮਾਨ ਦੀ ਫੋਟੋ ਜਾਂ ਆਮ ਆਦਮੀ ਕਲੀਨਿਕ ਲਿਖਣ ਦਾ ਕੀ ਤੋਕ ਹੈ ਇਹ ਪਿਛਲੀਆਂ ਬਿਲਡਿੰਗਾਂ ਨੂੰ ਅਸੀਂ ਤਬਦੀਲ ਆਮ ਆਦਮੀ ਕਲੀਨਿਕ ਵਿੱਚ ਕਰ ਰਹੇ ਹਾਂ ਤੇ ਇਹਦੇ ਵਿੱਚ ਕਿ ਵਿਰੋਧੀਆਂ ਨੂੰ ਸਮੱਸਿਆ ਕੀ ਆ ਉਹ ਵੀ ਤੇ ਲੋਕਾਂ ਦੇ ਟੈਕਸ ਦੇ ਰੂਪ ਵਿੱਚ ਦਿੱਤਾ ਹੋਇਆ ਪੈਸਾ ਉਹਦੀਆਂ ਬਿਲਡਿੰਗਾਂ ਬਣੀਆਂ ਉਹ ਕਿਹੜੀਆਂ ਪਰਵੈਤੀ ਪਾਰਟੀਆਂ ਨੇ ਪੈਸਾ ਘਰੂ ਲਾ ਕੇ ਬਣਾਈਆਂ ਸੀ ਜੀ ਫਿਰ ਇਹ ਨਾ ਨਾ ਕਹਿਣ ਵੀ ਅਸੀਂ ਕੀਤਾ ਹੈ ਇਹ ਮੁਹੱਲਾ ਕਲੀਨਿਕ ਆ ਜਿਹੜੀ ਉਹ 9 ਵਜੇ ਤੋਂ ਲੈ ਕੇ 3 ਵਜੇ ਤੱਕ ਅਵੇਲੇਬਲ ਹੈ ਮੰਨ ਲਓ ਪੇਸ਼ੈਂਟ 3 ਵਜੇ ਤੋਂ ਬਾਅਦ ਬਿਮਾਰ ਹੋ ਜਾਵੇ ਫਿਰ ਪੇਸ਼ੈਂਟ ਕਿੱਥੇ ਜਾਵੇ ਤੇ ਮੈਡੀਕਲ ਕਾਲਜ ਵੀ ਬਣਾ ਲਾਂਗੇ ਅਜੇ ਤੇ ਸਾਲ ਹੀ ਹੋਇਆ ਸਾਨੂੰ ਜੀ ਅਜੇ 4 ਸਾਲਾਂ ਚ ਕੰਪਲੀਟ ਕਰਾਂਗੇ 16 ਮੈਡੀਕਲ ਕਾਲਜ ਜਿਹੜੇ 1 ਸਾਲ ਦੇ ਵਿੱਚ ਅਜੇ 1 ਵੀ ਨਹੀਂ ਬਣਾ ਸਕੇ ਤੇ ਬਾਕੀ 4 ਸਾਲਾਂ ਚ 16 ਕਿਵੇਂ ਬਣਾ ਦੇਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਨੂੰ ਲੈ ਕੇ ਪੂਰੀ ਸਿਆਸਤ ਹੋ ਰਹੀ ਆ ਸਰਕਾਰ ਕਹ ਰਹੀ ਕਿ ਜਿਹੜੇ ਆਮ ਆਦਮੀ ਕਲੀਨਿਕ ਨੇ ਇਹ ਤਕਦੀਰ ਬਦਲ ਜਾਣੀ ਆ ਲੋਕਾਂ ਨੂੰ ਸਿਹਤ ਸਹੂਲਤਾਂ ਬਹੁਤ ਵਧੀਆ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਦਵਾਈ ਜਿੱਥੇ ਮਰਜ਼ੀ ਲੈ ਲਓ ਜਿਹੜੇ ਮਰਜ਼ੀ ਸ਼ਹਿਰ ਚ ਜਾ ਕੇ ਲੈ ਲਓ ਪਰਚੀ ਹੋਣੀ ਚਾਹੀਦੀ ਹੈਗੀ ਆ ਪੂਰੀ ਹਿਸਟਰੀ ਬਾਹਰ ਨਿਕਲਾਉਂਦੀ ਕਿ ਕਿਹੜੀ ਦਵਾਈ ਲਈ ਕਿਹੜੀ ਖਾਦੀ ਕਿੰਨੇ ਦਿਨ ਦੀ ਬਾਕੀ ਆ ਪਰ ਸਿਆਸੀ ਵਿਰੋਧ ਵੀ ਹੋ ਰਿਹਾ ਕਹਿ ਰਹੇ ਕਿ ਰੰਗ ਰੋਗੜ ਕੀਤੇ ਜਾ ਰਹੇ ਨੇ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਨੇ ਉਹਨਾਂ ਨੂੰ ਜਿਆਦਾ ਜਿਹੜਾ ਸਵੈ ਪ੍ਰਚਾਰ ਨੂੰ ਲੈ ਕੇ ਮੁੱਖ ਮੰਤਰੀ ਬੜਾ ਤਰਸ ਰਹੇ ਨੇ ਜਿਹੜਾ ਮਹਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਆ ਕੀ ਵਾਕੇ ਦਾ ਫਾਇਦਾ ਹੋ ਰਿਹਾ ਪੰਜਾਬ ਦੀ ਜਨਤਾ ਨੂੰ ਇਸ ਸਬੰਧਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸਿੱਖੂ ਸਿੱਖੂ ਸਾਹਿਬ ਮਹਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਸ਼੍ਰੋਮ ਨਿਕਾਲੀ ਦਲ ਵੀ ਨਿੰਦਰੀ ਆ ਕਾਂਗਰਸ ਪਾਰਟੀ ਨੇ ਵੀ ਨਿੰਦੇ ਦਿੱਤੇ ਬੀਜੇਪੀ ਨੇ ਵੀ ਨਿੰਦੇ ਦਿੱਤੇ ਤੁਹਾਡੀ ਪਾਰਟੀ ਕੀ ਕਹਿੰਦੀ ਹੈਗੀ ਜੀ ਇਸ ਸਬੰਧਤ ਸਹਿਮਤਾ ਸਰਕਾਰ ਦੇ ਨਾਲ ਜੀ ਕੋਈ ਅਸੀਂ ਸੀਪੀਆਮ ਐ ਸਮਝੀਂ ਦੀਆ ਪੇ ਮਹੱਲਾ ਕਲੀਨਿਕਾਂ ਜਿਹੜੀਆਂ ਆਮ ਆਦਮੀ ਪਾਰਟੀ ਐ ਤਾਂ ਪਹਿਲਾ ਪਹਿਲੂ ਇਹ ਆ ਵੀ ਉਹ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਜੀ ਇਹ ਕਿਸੇ ਵੀ ਕੀਮਤ ਤੇ ਮਤਲਬ ਦਰਸਤ ਗੱਲ ਨਹੀਂ ਹੈ ਜੀ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਕੇ ਆਪਣਾ ਪੋਲੀਟਿਕਲ ਪ੍ਰਚਾਰ ਕਰਨਾ ਪਹਿਲਾ ਪਹਿਲੂ ਤਾਂ ਇਹ ਆ ਜੀ ਦੂਸਰਾ ਇਹ ਆ ਵੀ ਪਹਿਲੇ ਜਿਹੜੇ ਪਿੰਡਾਂ ਦੇ ਅੰਦਰ ਡਿਸਪੈਂਸਰੀਆਂ ਨੇ ਹਸਪੀਟਲ ਨੇ ਉਹਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਸੀ ਜੀ ਤੁਸੀਂ ਹਸਪਤਾਲਾਂ ਨੂੰ ਮਹੱਲਾ ਕਲੀਨਿਕ ਚ ਤਬਦੀਲ ਕਰ ਰਹੇ ਹੋ ਤਾਂ ਮਹੱਲਾ ਕਲੀਨਿਕਾਂ ਚ ਹੁਣ ਕਈਆਂ ਥਾਵਾਂ ਦੇ ਉੱਤੇ ਜੀਹਾਂ ਖਬਰਾਂ ਆ ਰਹੀਆਂ ਨੇ ਵੀ ਜਿਹੜੇ ਦੇਸ਼ ਭਗਤਾਂ ਦੇ ਨਾਂ ਤੇ ਜੀ ਹਸਪੀਟਲ ਬਣੇ ਨੇ ਜੀ ਉਹਨਾਂ ਦੇਸ਼ ਭਗਤਾਂ ਦੇ ਨਾਂ ਤੁਸੀਂ ਚੇਂਜ ਕਰ ਰਹੇ ਹੋ ਜੀ ਤੇ ਫੋਟੋ ਆ ਜਿਹੜੀ ਉਹ ਭਗਵੰਤ ਮਾਨ ਦੀ ਲੱਗ ਰਹੀ ਆ ਜੀ ਜੇ ਦੇਸ਼ ਭਗਤਾਂ ਦੇ ਨਾਂ ਤੇ ਹੁਣ ਸ਼ੇਧਿਆਜਮ ਭਗਤ ਸਿੰਘ ਦੀ ਮਾਤਾ ਦੇ ਨਾਂ ਤੇ ਵਿਦਿਆਬਤੀ ਦੇ ਨਾਂ ਤੇ ਹਸਪੀਟਲ ਬਣਿਆ ਗੜ ਸੰਗਰ ਤੋਂ ਅੱਜ ਖਬਰ ਲੱਗੀ ਹੋਈ ਆ ਜੀ ਵੀ ਉਹ ਨਾਂ ਬਦਲ ਕੇ ਆਮ ਆਦਮੀ ਕਲੀਨਿੰਗ ਕਰਤਾ ਇਹਦਾ ਮਤਲਬ ਠੀਕ ਗੱਲ ਨਹੀਂ ਨਾ ਹੈ ਜੀ ਇਸੇ ਤਰ੍ਹਾਂ ਉਹਨਾਂ ਨੇ ਪੱਠੜਾ ਕੀਤਾ ਸਾਡੇ ਕਾਮੜਾ ਜਥੇਦਾਰ ਹਰਦੇਸ ਸਿੰਘ ਪੱਠੜ ਜਿਹੜੇ ਕਈ ਵਾਰ ਐਮਐਲਏ ਵੀ ਰਹੇ ਵਿਧਾਨ ਸਭਾ ਦੇ ਮੈਂਬਰ ਰਹੇ ਦੇਸ਼ ਭਗਤ ਸੀਗੇ ਤੋ ਉਹਨਾਂ ਦਾ ਨਾਂ ਵੀ ਮਤਲਬ ਚੇਂਜ ਕਰਨ ਲੱਗੇ ਸੀ ਨਾਂ ਨਹੀਂ ਚੇਂਜ ਕੀਤਾ ਸੀ ਦਖਲ ਦਿੱਤਾ ਪਾਰਟੀ ਨੇ ਪਰ ਉਥੇ ਭਗਵੰਤ ਮਾਨ ਦੀ ਫੋਟੋ ਜਾਂ ਆਮ ਆਦਮੀ ਕਲੀਨਿਕ ਲਿਖਣ ਦਾ ਕੀ ਤਕ ਹੈ ਜੀ ਜਿਹੜੇ ਦੇਸ਼ ਭਗਤਾਂ ਦੀਆਂ ਯਾਦਗਾਰਾਂ ਨੂੰ ਇਸ ਤਰ੍ਹਾਂ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਵਰਤ ਰਹੇ ਨੇ ਇਹ ਮੈਂ ਸਮਝਦਾ ਸੀਪੀਐਮ ਦੀ ਇਹ ਸਮਝ ਆ ਵੀ ਇਹ ਬਿਲਕੁਲ ਗਲਤ ਹੈ ਤੋ ਸਾਡੀ ਵਿਰਾਸਤ ਨੂੰ ਜਿਹੜਾ ਸਮਾਪਤ ਕਰਨ ਦਾ ਯਤਨ ਆਮ ਆਦਮੀ ਪਾਰਟੀ ਦਾ ਅੰਤਮ ਤੌਰ ਤੇ ਇਹਨਾਂ ਨੂੰ ਲੈ ਡੁੱਬੇਗਾ। ਤਾਂ ਲੱਗਦਾ ਕਿ ਆਮ ਆਦਮੀ ਕਲੀਨਿਕ ਨਾਮ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨਹੀਂ ਹੋਣੀ ਚਾਹੀਦੀ ਜੀ। ਬਿਲਕੁਲ ਫੋਟੋ ਨਹੀਂ ਹੋਣੀ ਚਾਹੀਦੀ। ਉਹਦੇ ਤੇ ਜਿਹੜੇ ਪਹਿਲਾਂ ਹੀ ਹਸਪੀਟਲ ਚੱਲ ਰਹੇ ਨੇ ਕੋਈ ਨਵੀਂ ਬਿਲਡਿੰਗ ਤਾਂ ਬਣਾਈ ਨਹੀਂ ਹੈ। ਜਾਂ ਤਾਂ ਜਿਹੜੇ ਸਬਦਾ ਕੇਂਦਰ ਆ ਉਹਨਾਂ ਨੂੰ ਕਨਵਰਟ ਕਰ ਦਿੱਤਾ। ਜੀ। ਜਾਂ ਜਿਹੜੇ ਹਸਪੀਟਲ ਨੇ ਡਿਸਪੈਂਸਰੀਆਂ ਨੇ ਉਹਨਾਂ ਨੂੰ ਕਨਵਰਟ ਕਰ ਦਿੱਤਾ ਤੁਸੀਂ। ਉਹ ਤੇ ਰੰਗ ਪੇਂਟ ਕਰਾ ਕੇ ਤੁਸੀਂ मतलब पैसे खर्च कर रहे हो ऐड पे पैसे खर्च किए जा रहे ने ऐड ਦਾ ਮਤਲਬ ਮਹੱਲਾ ਕਲੀਨਿਕ ਹੈ ਜਿਹੜੀ ਉਹ 9 ਵਜੇ ਤੋਂ ਲੈ ਕੇ 3 ਵਜੇ ਤੱਕ ਅਵੇਲੇਬਲ ਆ ਜੀ ਮਹੱਲਾ ਕਲੀਨਿਕ ਦੇ ਅੰਦਰ ਜਿਹੜੀ ਐ ਸਮਝੋ ਵੀ ਉਹ ਸਿਰਫ ਜਸਟ ਲਾਈਕ ਡਾਕਟਰ ਨੂੰ ਪੇਸ਼ੈਂਟ ਮਿਲਦਾ ਕੋਈ ਉਹਨੂੰ ਛੋਟੇ-ਮੋਟੇ ਬਿਮਾਰੀ ਆ ਉਹ ਮੈਡੀਸਨ ਲਿਖ ਦਿੰਦਾ ਛੋਟੇ-ਮੋਟੇ ਉੱਤੇ ਟੈਸਟ ਹੋ ਸਕਦੇ ਨੇ ਸਵਾਲ ਤੇ ਆ ਵੀ ਜਿਹੜਾ ਵੱਡੇ ਹਸਪੀਟਲ ਨੇ ਇਹ ਪੈਸਾ ਉਹਨਾਂ ਤੇ ਖਰਚ ਕਰਕੇ ਜਿਹੜੀਆਂ ਮੇਜਰ ਸਰਜਰੀ ਨੇ ਮੇਜਰ ਜਿਹੜੀਆਂ ਲੋਕਾਂ ਨੂੰ ਅ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਵਾਸਤੇ ਭਗਵੰਤਾਨ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਪੈਸਾ ਉਸ ਪਾਸੇ ਖਰਚਣ ਦੀ ਜ਼ਰੂਰਤ ਹੈ ਉਹ ਕਹਿ ਰਹੇ ਕਿ ਜੇ ਪਿਛਲੀਆਂ ਬਿਲਡਿੰਗਾਂ ਨੂੰ ਅਸੀਂ ਤਬਦੀਲ ਆਮ ਆਦਮੀ ਕਲੀਨਿਕ ਵਿੱਚ ਕਰੀਏਂਦੇ ਇਹਦੇ ਵਿੱਚ ਕਿ ਵਿਰੋਧੀਆਂ ਨੂੰ ਸਮੱਸਿਆ ਕੀ ਆ ਉਹ ਵੀ ਤਾਂ ਲੋਕਾਂ ਦੇ ਟੈਕਸ ਦੇ ਰੂਪ ਵਿੱਚ ਦਿੱਤਾ ਹੋਇਆ ਪੈਸਾ ਉਹਦੀਆਂ ਬਿਲਡਿੰਗਾਂ ਬਣੀਆਂ ਉਹ ਕਿਹੜੀਆਂ ਪਰਵੈਤੀ ਪਾਰਟੀਆਂ ਨੇ ਪੈਸਾ ਘਰੋਂ ਲਾ ਕੇ ਬਣਾਈਆਂ ਸੀ ਜੀ ਫਿਰ ਇਹ ਨਾ ਨਾ ਕਹਿਣ ਵੀ ਅਸੀਂ ਕੀਤਾ ਹੈ ਫਿਰ ਤਾਂ ਪੰਜਾਬ ਦੇ ਲੋਕਾਂ ਦਾ ਧੰਨ ਲੱਗਿਆ ਹੋਇਆ ਇਸ ਗੱਲ ਤੇ ਤਾਂ ਠੀਕ ਗੱਲ ਆ ਵੀ ਅਸੀਂ ਸਮਝਦੇ ਆ ਵੀ ਉਹ ਪਹਿਲਾਂ ਵੀ ਲੋਕਾਂ ਦਾ ਤਾਂ ਨਹੀਂ ਲੱਗਾ ਹੁਣ ਵੀ ਲੋਕਾਂ ਦਾ ਧੰਨ ਲੱਗ ਰਿਹਾ ਫਿਰ ਇਹ ਨਾ ਨਾ ਕਹਿਣਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਇਹ ਤਾਂ ਕੋਟਾ-ਕਟਨ ਨੂੰ ਬੰਦ ਕਰਨਾ ਚਾਹੀਦਾ ਨਾ ਤੇ ਜੇ ਮਤਲਬ ਲੋਕਾਂ ਦਾ ਪੈਸਾ ਹੈ ਤਾਂ ਫਿਰ ਉਹ ਜਿਸ ਤਰ੍ਹਾਂ ਦਾ ਸਿਸਟਮ ਹੈ ਉਹਨੂੰ ਅਪਗ੍ਰੇਡ ਕਰਨਾ ਚਾਹੀਦਾ ਤੇ ਜਿਹੜੇ ਇਹ ਵਾਅਦਾ ਕੀਤਾ ਸੀ ਵੀ ਅਸੀਂ ਤਾਂ 16 ਮੈਡੀਕਲ ਕਾਲਜ ਖੋਲ੍ਹ ਦੇਣੇ ਨੇ ਜੀ ਦੱਸਣ ਤਾਂ ਸਹੀ ਇੱਕ ਸਾਲ ਦੇ ਵਿੱਚ ਇੱਕ ਏਟ ਵੀ ਲੱਗੀ ਹੋਵੇ ਕਿਸੇ ਮੈਡੀਕਲ ਕਾਲਜ ਨੂੰ 16 ਤਾਂ ਦੂਰ ਦੀ ਗੱਲ ਆ ਮਨ ਲਾ ਕਹਿਣਾ ਪਲਾਨ ਕਰਨਾ ਇੱਕ ਅਲੱਗ ਗੱਲ ਆ ਪ੍ਰੈਕਟੀਕਲ ਰੂਪ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਨਾ ਇਹ ਬਿਲਕੁਲ ਹੀ ਵੱਖਰਾ ਮਾਮਲਾ ਹੈ ਤੇ ਭਗਵੰਤ ਮਾਨ ਸਰਕਾਰ ਮੈਂ ਸਮਝਦਾ ਪਾਰਟੀ ਦੀ ਇਹ ਸਾਡੀ ਸਮਝਦਾਰੀ ਹੈ ਵੀ ਇਹਦੇ ਤੇ ਖਰਾ ਨਹੀਂ ਉਤਰ ਸਕੇਗੀ ਇਹ ਜਿਹੜੀਆਂ ਮਹੱਲਾ ਕਲੀਨਿਕਾਂ ਨੇ ਮੰਨ ਲਓ ਪੇਸ਼ੈਂਟ 3 ਵਜੇ ਤੋਂ ਬਾਅਦ ਬਿਮਾਰ ਹੋ ਜਾਂਦਾ ਜੀ ਫਿਰ ਪੇਸ਼ੈਂਟ ਕਿੱਥੇ ਜਾਵੇ ਫਿਰ ਪੇਸ਼ੈਂਟ ਕੋਲੇ ਕੀ ਹੱਲ ਆ ਫਿਰ ਤਾਂ ਪ੍ਰਾਈਵੇਟ ਹਸਪੀਟਲ ਜਾਊਗਾ ਜਾ ਜਿਹੜਾ ਮਾੜਾ ਮੋਟਾ ਸਰਕਾਰੀ ਸਿਸਟਮ ਹੈਗਾ ਉੱਥੇ ਜਾਏਗਾ ਤੇ ਜਦੋਂ ਉਹਨਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਤੁਸੀਂ ਡੈਲਸਜ ਕਰਾਉਣਾ ਕਿਸੇ ਨੇ ਕਿ ਮਹੱਲਾ ਕਲੀਨਿਕ ਦੇ ਵਿੱਚ ਡੈਲਸਜ ਵਾਲੀ ਮਸ਼ੀਨ ਹੈ ਜਿਹੜੀ ਉਹ ਪ੍ਰੋਵਾਈਡ ਕਰਾਉਣਗੇ ਜੇ ਨਹੀਂ ਹੈ ਤਾਂ ਕੁਦਰਤੀ ਤੌਰ ਤੇ 12000 ਰੁਪਇਆ ਦੇਣਾ ਪਏਗਾ ਸਰਕਾਰੀ ਹਸਪੀਟਲਾਂ 'ਚ ਡੈਲਸਜ ਵਾਲੀਆਂ ਮਸ਼ੀਨਾਂ ਪਈਆਂ ਨੇ ਉਹਨਾਂ ਸਾਰੀਆਂ ਨੂੰ ਰਨਿੰਗ 'ਚ ਨਹੀਂ ਕਰ ਰਹੇ ਹੈਗੇ ਕਿਉਂ ਨਹੀਂ ਕਰ ਰਹੇ ਪ੍ਰਾਈਵੇਟ ਹਸਪਤਲਾਂ ਨਾਲ ਪਹਿਲਿਆਂ ਦੇ ਵੀ ਏਟੀ ਸੱਟੀ ਰਹੀ ਆ ਤੇ ਇਹ ਦੱਸਣ ਜੇ ਏਟੀ ਸੱਟੀ ਨਹੀਂ ਹੈ ਉਹ ਡਲਸਜ ਮਸ਼ੀਨਾਂ ਨੂੰ ਬਰਕੰਗ ਕੰਡੀਸ਼ਨ ਚ ਕਿਉਂ ਨਹੀਂ ਲੈ ਕੇ ਆ ਰਹੇ ਉਹਨਾਂ ਦੇ ਟੈਕਨੀਸ਼ੀਅਨ ਆ ਜਿਹੜਾ ਕਿਉਂ ਨਹੀਂ ਉਥੇ ਲਾਏ ਜਾ ਰਹੇ ਉਹਨਾਂ ਦੀ ਭਰਤੀ ਕਰਨ ਦੀ ਜ਼ਰੂਰਤ ਹੈ ਦੇਖੋ ਹੈਲਥ ਦਾ ਮਾਮਲਾ ਬਹੁਤ ਵੱਡਾ ਮਾਮਲਾ ਹੈ ਲੋਕਾਂ ਦੀ ਹੈਲਥ ਦੇ ਨਾਲ ਜਿੰਨਾ ਵੱਡਾ ਪ੍ਰਾਈਵੇਟ ਸੈਕਟਰ ਦੇ ਵਿੱਚ ਲੁੱਟ ਹੋ ਰਹੀ ਆ ਜਿੰਨਾ ਉਹਨਾਂ ਦਾ ਖੂਨ ਪੀਤਾ ਜਾ ਰਿਹਾ ਤੇ ਗਰੀਬ ਆਦਮੀ ਹੁਣ ਇਲਾਜ ਕਰਾਉਣ ਦੇ ਸਮਰੱਥ ਨਹੀਂ ਹੈ ਉਹ ਕਹਿੰਦੇ ਮੈਡੀਕਲ ਕਾਲਜ ਵੀ ਬਣਾ ਲਾਂਗੇ ਜਿਹਦੇ ਸਾਲ ਹੀ ਹੋਇਆ ਸਾਨੂੰ ਜੀ ਅਜੇ 4 ਸਾਲਾਂ ਚ ਕੰਪਲੀਟ ਕਰਾਂਗੇ 16 ਮੈਡੀਕਲ ਕਾਲਜ ਮੈਡੀਕਲ ਦਾ 16 ਮੈਡੀਕਲ ਕਾਲਜ ਬਣਾਉਣਾ ਉਹ ਸਾਰਾ ਸਿਸਟਮ ਸਟੈਬਲਿਸ਼ ਕਰਨਾ ਤੇ ਜਿਹੜੇ 1 ਸਾਲ ਦੇ ਵਿੱਚ ਅਜੇ ਇੱਕ ਵੀ ਨਹੀਂ ਬਣਾ ਸਕੇ ਤੇ ਬਾਕੀ 46 ਸਾਲਾਂ ਚ 16 ਕਿਵੇਂ ਬਣਾ ਦੇਣਗੇ ਇਹ ਵੀ ਇੱਕ ਸਵਾਲ ਹੈ ਔਰ ਅਜੇ ਸਾਲ ਪੂਰਾ ਨਹੀਂ ਹੋਇਆ ਜਿਹੜਾ ਲਗਭਗ 30000 ਕਰੋੜ ਦੇ ਕਰੀਬ ਕਰਜ਼ਾ ਚੱਕ ਚੁੱਕੇ ਨੇ ਤੇ ਹੋਰ ਕਰਜ਼ਾ ਚੁੱਕਣਗੇ ਬਜਟ ਤੱਕ ਮਾਰਚ ਮਹੀਨੇ ਤੱਕ ਤੇ ਮਤਲਬ ਕਰਜ਼ੇ ਨਾਲ ਸਰਕਾਰਾਂ ਥੋੜੀ ਚੱਲ ਸਕਦੀਆਂ ਤੇ ਜਿਹੜੇ بڑے ਦਮ ਗਏ ਮਾਰਦੇ ਸੀ ਅਸੀਂ ਕਰਜ਼ਾ ਮੁਕਤ ਕਰ ਦੇਣਾ ਅਸੀਂ ਕਰਜ਼ਾ ਨਹੀਂ ਰਹਿਣ ਦੇਣਾ ਹੈ ਅਸੀਂ ਰਿਸੋਰਸ ਪੈਦਾ ਕਰਾਂਗੇ ਹੁਣ ਦੱਸੇ ਤਾਂ ਸਹੀ ਭਗਵੰਤਾਨ ਸਰਕਾਰ ਵੀ ਲੋਕਾਂ ਨੂੰ ਵੀ ਆ ਇੰਨਾ ਵੱਡਾ ਕਰਜ਼ਾ ਕਿਉਂ ਲਿਆ ਗਿਆ ਤੁਹੋਂ ਦਿੱਤੇ ਐਡ ਤੇ ਪੈਸੇ ਖਰਚ ਮਤਲਬ ਕੀਤੇ ਜਾ ਰਹੇ ਨੇ ਬਾਹਰਲਾ ਜਿਹੜੇ ਹੈਗੇ ਆ ਉਹਨਾਂ ਨੂੰ ਪੈ ਦਿੱਤੇ ਜਾ ਰਹੇ ਨੇ ਮੰਨ ਲਓ ਜਿਹੜਿਆ ਸਾਊਥ ਦੇ ਵਿੱਚ ਅਖਬਾਰਾਂ ਨੇ ਪਬਲਿਸਿਟੀ ਆ ਸਾਊਥ ਵਾਲਿਆਂ ਨੇ ਕੀ ਇਲਾਜ ਕਰਾਉਣਾ ਨਾਲ ਮੱਲਾ ਕਲੀਨਿਕ ਚ ਜੰਮੂ ਕਸ਼ਮੀਰ ਵਾਲਿਆਂ ਨੇ ਇਲਾਜ ਕਰਾਉਣਾ ਨਾਲ ਮੱਲਾ ਕਲੀਨਿਕ ਚ ਜੰਮੂ ਕਸ਼ਮੀਰ ਵਾਲੇ ਆਉਂਦੇ ਜਾਂ ਤਾਂ ਪੀਜੀਆਈ ਆਉਂਦੇ ਨੇ ਤੇ ਉਹੀ ਪੈਸੇ ਪੀਜੀਆਈ ਨੂੰ ਦੇ ਦੋ ਜਾਂ ਪੀਜੀਆਈ ਲੈਵਲ ਦੇ ਉਸ ਤੋਂ ਥੋੜੇ ਜੇ ਘੱਟ ਲੈਵਲ ਦੇ ਤੁਸੀਂ ਪੰਜ ਸਤ ਹਸਪੀਟਲ ਬਣਾ ਲੋ ਹੋ ਜਾਏ ਮਦਦ ਲੈ ਲੋ ਉਹਨਾਂ ਦੀ ਇਹ ਤਾਂ ਹੋ ਸਕਦਾ ਜਿਹਦੇ ਲਈ ਲੋਕਾਂ ਦਾ ਕੁਝ ਭਲਾ ਹੋਵੇ ਉਹ ਕਹਿੰਦੇ ਅਸੀਂ ਤੇ ਮਸ਼ਹੂਰੀਆਂ ਕਰਾਂਗੇ ਜਦੋਂ ਅਸੀਂ ਕੰਮ ਕਰਦੇ ਆਗੇ ਸਾਡਾ ਜਦੋਂ ਕੰਮ ਬੋਲਦਾ ਹੈਗਾ ਅਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਪੰਜਾਬ ਚ ਬਹੁਤ ਕੁਝ ਵਧੀਆ ਹੋ ਰਿਹਾ ਜੀ ਕੋਈ ਤਾਂ ਕੰਮ ਬੋਲਦਾ ਦੀ ਗੱਲ ਨਹੀਂ ਹੈ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਜਦੋਂ ਮੁਕੰਮਲ ਤੌਰ ਤੇ ਸਾਡੀ ਸਟੇਟ ਆ ਜਿਹੜੀ ਦਿਵਾਲੀਆ ਹੋ ਜਾਏਗੀ ਤੇ ਫਿਰ ਲੋਕ ਕੇ ਆਪੇ ਫੈਸਲਾ ਕਰ ਲੈਣਗੇ ਫੈਸਲਾ ਪਹਿਲਾਂ ਵੀ ਲੋਕਾਂ ਨੇ ਕੀਤਾ ਦੂਜਿਆਂ ਬਾਰੇ ਇਹਨਾਂ ਬਾਰੇ ਵੀ ਲੋਕਾਂ ਨੇ ਫੈਸਲਾ ਕਰ ਦੇਣਾ ਇਹ ਚ ਬਹੁਤੀ ਗਲਤ ਹੈ ਨਹੀਂ ਕੋਈ ਕੁੰਭ ਦਾ ਮੇਲਾ ਤਾਂ ਹੈ ਨਹੀਂ ਵੀ 12 ਸਾਲ ਹੀ ਹੋਣਾ ਇਹ ਤਾਂ 4 ਸਾਲ ਬਾਕੀ ਰਹਿ ਗਏ ਲੋਕ ਡਿਸਾਈਡ ਕਰ ਦੇਣਗੇ ਤਾਂ ਜਿਸ ਰਸਤੇ ਤੁਰੇ ਹੋਏ ਨੇ ਪੰਜਾਬ ਸਟੇਟ ਨੂੰ ਮੁਕੰਮਲ ਤੌਰ ਤੇ ਦਿਵਾਲੀਆ ਕਰਕੇ ਹੀ ਜਾਣਗੇ ਦਿਵਾਲੀਆ ਹੋ ਜਾਏਗੇ ਮੁਕੰਮਲ ਤੌਰ ਤੇ ਉਹ ਕਹਿ ਰਹੇ ਕਿ ਪੰਜਾਬ ਦੀ ਤਕਦੀਰ ਬਦਲਣ ਵਾਲੀ ਆ ਮੈਂ ਬਹੁਤ ਸਾਰੇ ਉਦਯੋਗਪਤੀਆਂ ਨਾਲ ਗੱਲ ਕਰ ਲਈ ਹੈਗੀ ਆ ਇੱਥੇ ਵੱਡੇ ਉਦਯੋਗ ਲੱਗਣਗੇ ਐਗਰੋ ਬੇਸਡ ਵੀ ਲੱਗਣਗੇ ਇੰਡਸਟਰੀ ਵੀ ਲੱਗੇਗੀ ਪੰਜਾਬ ਦਾ ਵੀ ਫਾਇਦਾ ਹੋਊਗਾ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਜਿੱਥੇ ਨੌਕਰੀਆਂ ਵੀ ਮਿਲਣਗੀਆਂ ਜੀ ਪਹਿਲਾਂ ਭਗਵੰਤ ਮਾਨ ਜੀ ਇਹ ਦੱਸਣ ਜਿਹੜਾ ਟੈਕਸਟਾਈਲ ਪਾਰਕ ਮਨਜ਼ੂਰ ਹੋਇਆ ਸੀ ਉਹ ਕਿਉਂ ਵਾਪਸ ਚਲਾ ਗਿਆ ਉਹ ਕਿਉਂ ਰੱਦ ਹੋ ਗਿਆ ਜੇ ਟੈਕਸਟਾਈਲ ਪਾਰਕ ਬਣਾਉਣ 'ਚ ਫੇਲ ਹੋ ਗਈ ਸਰਕਾਰ ਤੇ ਕਿਹੜਾ ਇੰਡਸਟਰੀਲਿਸਟ ਹੈ ਜਿਹੜਾ ਬਾਹਰੋਂ ਆ ਕੇ ਜਾਂ ਤੁਸੀਂ ਬੰਬੇ ਘੁੰਮੇ ਜਾਓ ਤੁਸੀਂ ਤਾਮਿਲਨਾਡ ਘੁੰਮੇ ਜਾਓ ਕੋਈ ਇੰਡਸਟਰੀਲਿਸਟ ਪੈਸਾ ਲਾਉਣ ਵਾਸਤੇ ਤਿਆਰ ਨਹੀਂ ਹੋਏਗਾ ਪੰਜਾਬ ਦੀ ਜਿਸ ਤਰ੍ਹਾਂ ਦੀ ਬਵਸਤਾ ਬਣੀ ਹੋਈਆਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਅਮਨ ਕਾਨੂੰਨ ਦਾ ਜਿਹੜੇ ਹਾਲਾਤ ਨੇ ਉਸ ਮੁਤਾਬਕ ਪੰਜਾਬ ਦੇ ਵਿੱਚ ਕੋਈ ਵੀ ਇੰਡਸਟਰੀਲਿਸਟ ਹੈ ਜਿਹੜਾ ਕੋਈ ਉਦਯੋਗਪਤੀ ਪੈਸਾ ਲਾਉਣ ਵਾਸਤੇ ਤਿਆਰ ਨਹੀਂ ਹੋਏਗਾ ਜੋ ਮੇਰੀ ਕਹਿਣਾ ਹੈ ਦੂਸਰਾ ਸਵਾਲ ਹੈ ਵੀ ਸਾਡੇ ਤਾਂ ਜਿਹੜਾ ਸਾਈਕਲ ਇੰਡਸਟਰੀ ਵਾਲਾ ਉਹ ਚੱਕ ਕੇ ਲੈ ਗਿਆ ਜੋਗੀ ਜੂਪੀ ਵਾਲਾ ਇਹ ਵਿਚਾਰਾ ਬਾਹਰ ਤੁਰਿਆ ਫਿਰਦਾ ਸਾਡੇ ਵਾਲਾ ਮੁੱਖ ਮੰਤਰੀ ਮਹਿਲਾ ਆਪਣਾ ਆਪ ਤਾਂ ਵਾਲੇ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋ ਰਹੀ ਆ ਤੇ ਆਪ ਬਾਹਰ ਦੌੜਿਆ ਫਿਰਦਾ ਤੇ ਸਾਡਾ ਜਿਹੜੀ ਇਨਵੈਸਟਮੈਂਟ ਇੱਥੇ ਹੋ ਸਕਦੀ ਆ ਉਹ ਜੂਪੀ ਨੂੰ ਦੌੜ ਰਹੇ ਨੇ ਸਾਡੇ ਤਾਂ ਇੰਡਸਟਰੀ ਲਿਸਟ ਹੈ ਜਿਹੜੇ ਕਿਉਂ ਦੌੜ ਰਹੇ ਇਹਦਾ ਜਵਾਬ ਕਰੇ ਨਾ ਪੰਜਾਬ ਦੇ ਲੋਕਾ ਉਹ ਕਹਿੰਦੇ 23 24 ਫਰਵਰੀ ਨੂੰ ਪੰਜਾਬ 'ਚ ਬਹੁਤ ਵੱਡਾ ਬਿਜ਼ਨਸ ਸੰमेलन ਹੋ ਰਿਹਾ ਦੁਨੀਆ ਭਰ ਦੇ ਜਿਹੜੇ ਇਥੇ ਉਦਯੋਗਪਤੀ ਪੰਜਾਬ ਚ ਆਉਣਗੇ ਸਰਕਾਰ ਦੇ ਨਾਲ ਐਮਓਯੂ ਕਰਨਗੇ ਜੀ ਅੱਗੇ ਵੀ ਵਿਦੇਸ਼ ਜਾ ਕੇ ਕਹਿ ਕੇ ਆਇਆ ਸੀ ਉਹਦੇ ਚੋਂ ਕੀ ਨਿਕਲਿਆ ਕੋਈ ਆਇਆ ਪੈਸਾ ਮੰਨ ਲਓ ਕੰਪਨੀ ਨੇ ਕਹਿਆ ਤਾਂ ਵੀ ਸਾਡਾ ਤਾਂ ਕੋਈ ਐਮਓਯੂ ਹੋਇਆ ਹੀ ਨਹੀਂ ਤੇ ਇਸ ਤਰ੍ਹਾਂ ਡਰਾਮੇबाजी ਲਫਾਫੇबाजी ਨਾਲ ਨਾ ਸਰਕਾਰਾਂ ਚੱਲਦੀਆਂ ਨੇ ਨਾ ਸਿਸਟਮ ਚੱਲਦਾ ਹੈ ਨਾ ਸੁਸਾਇਟੀ ਨੂੰ ਕੋਈ ਉਹਦਾ ਬੈਨੀਫਿਟ ਹੈ ਅਸਲ ਵਿੱਚ ਹਕੀਕਤ ਨਾਲ ਮੇਲ ਖਾ ਖਾ ਕੇ ਹੀ ਇਹ ਕੰਮ ਚੱਲਣਾ ਤੁਸੀਂ ਹਕੀਕਤ ਦੇਖੋ ਸਾਡੇ ਪੰਜਾਬ ਦੀ ਜਿਹੜੀ ਆਰਥਿਕ ਵਿਵਸਥਾ ਹੈ ਉਹ ਦਿਨ-ਬਦਨ ਨਿੱਗਰਦੀ ਜਾ ਰਹੀ ਹੈ ਦਿਨੋਂ-ਦਿਨੋ ਖਰਾਬ ਹੁੰਦੀ ਜਾ ਰਹੀ ਹੈ ਜੇ ਸਾਡੀ ਸਟੇਟ ਦੀ ਆਰਥਿਕ ਸਿਹਤ ਹੈ ਜਿਹੜੀ ਉਹ ਵਿਗੜ ਜਾਣੀ ਆ ਤੇ ਬਾਕੀ ਦੀ ਡਿਵੈਲਪਮੈਂਟ ਕਿੱਥੋਂ ਹੋ ਜਾਣੀ ਆ ਤੁਹਾਨੂੰ ਸਰ ਭਗਵੰਤ ਮਾਨ ਤੇ ਕੋਈ ਭਰੋਸਾ ਨਹੀਂ ਜੀ ਲੱਖੋ ਭਗਵਾਨਤਮਨ ਦੇ ਉੱਤੇ ਭਰੋਸੇ ਦਾ ਸਵਾਲ ਨਹੀਂ ਹੈ ਜੀ ਜਿਸ ਤਰ੍ਹਾਂ ਸਰਕਾਰ ਰਨ ਹੋ ਰਹੀ ਹੈ ਜੀ ਤਾਂ ਉਹ ਇਹ ਦਰਸਾਉਂਦਾ ਹੈ ਵੀ ਸਰਕਾਰ ਸਫਲ ਨਹੀਂ ਹੋ ਸਕੇਗੀ ਸਾਰੇ ਮਾਮਲੇ ਚ ਫੇਲ ਹੋ ਜਾਏਗੀ ਬਾਬਾ ਮਿਹਰਬਾਨੀ ਧੰਨਵਾਦ ਉਹ ਜਿੱਥੇ ਪੰਜਾਬ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਵਾਰ-ਵਾਰ ਇਹ ਦਾਅਵਾ ਤੇ ਵਾਅਦਾ ਕਰ ਰਹੀ ਹੈ ਕਿ ਪੰਜਾਬ ਦੀ ਤਕਦੀਰ ਬਦਲ ਜਾਣੀ ਆ ਪਿਛਲੇ ਜਿਹੜੇ ਉਹ ਪੰਜਾਬ ਨੂੰ ਲੁੱਟ ਕੇ ਖਾ ਗਏ ਸੀ ਉਹਨਾਂ ਕੋ ਵੀ ਪੈਸਾ ਕਢਣਾ ਵਿਜੀਲੈਂਸ ਦੇ ਕੇਸ ਵੀ ਚੱਲ ਰਹੇ ਪਰ ਜਿੱਥੇ ਤੱਕ ਆਮ ਆਦਮੀ ਕਲੀਨਿਕ ਆ ਸਾਰੇ ਕਹਿ ਰਹੇ ਕਿ ਆਮ ਆਦਮੀ ਕਲੀਨਿਕ ਨਾਮ ਗਲਤ ਆ ਜਿਹੜੇ ਨਾਮ ਵੀ ਰੱਖੇ ਜਾ ਰਹੇ ਨੇ ਉਹ ਬਦਲੇ ਜਾ ਰਹੇ ਨੇ ਜਿਹੜੇ ਦੇਸ਼ ਭਗਤ ਨੇ ਜਾਂ ਜਿਹੜੇ ਹੋਰ ਜਿਹੜੇ ਉੱਚੀਆਂ ਸ਼ਕਤੀਸ਼ੀਤਾ ਸਨ ਉਹਨਾਂ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖੇ ਜਾ ਰਹੇ ਨੇ ਤੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਉਹ ਫੋਟੋ ਵੀ ਨਹੀਂ ਹੋਣੀ ਚਾਹੀਦੀ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ